ਸ਼ਹਿਰ ਦੇ ਇਲਾਕੇ 'ਚ ਆਏ ਹਾਂ। ਕੋਲਾ ਤਿਆਰ ਹੁੰਦਾ ਪਿਆ ਵਾ, ਲੱਕੜ ਦਾ ਕੋਲਾ ਤਿਆਰ ਕਰਦੇ ਆ ਬੰਦੇ, ਉਹ ਤੁਹਾਨੂੰ ਦੱਸ ਰਹੇ ਹਾਂ, ਦਿਖਾਉਂਦੇ ਹਾਂ ਕਿਸ ਤਰ੍ਹਾਂ ਕੋਲਾ ਤਿਆਰ ਹੁੰਦਾ ਵਾ। ਇਸਤਰੀਆਂ ਵਗੈਰਾ ਅਜੇ ਧੋਬੀ ਇਸਤੇਮਾਲ ਕਰਦੇ ਆ, ਭੱਠਿਆਂ 'ਚ ਇਸਤੇਮਾਲ ਹੁੰਦਾ ਕੋਲਾ। ਇਹ ਚੱਲਦੇ ਹਾਂ, ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰ੍ਹਾਂ ਤਿਆਰ ਹੋ ਰਿਹਾ। ਇਹ ਜੀ ਮਾਸ਼ਾਅੱਲਾ ਲੱਕੜ ਪਈ ਹੈ ਸਾਰੀ, ਇਹ ਲੱਕੜ ਆ, ਇਸ ਲੱਕੜ ਦਾ ਕੋਲਾ ਬਣਾਉਂਦੇ ਆ। ਕਾਫੀ ਲੱਕੜ ਪਈ ਹੋਈ ਹੈ, ਇਹ ਤਿਆਰ ਕੀਤਾ ਪਿਆ ਕੋਲਾ, ਇਸ ਤਰ੍ਹਾਂ ਤਿਆਰ ਹੁੰਦਾ ਵਾ। ਇਹ ਜੋਖ ਕੇ ਦਿੰਦੇ ਆ ਇੱਥੇ, ਇਹ ਤਿਆਰ ਕੀਤਾ ਪਿਆ। ਅਸਲਾਮ ਵਾਲੇਕੁਮ ਸਰ, ਸਰ ਜੀ ਕੀ ਹਾਲ ਚਾਲ ਆ? ਠੀਕ ਠਾਕ ਹੋ? ਹਾਂਜੀ, ਥੋੜ੍ਹਾ ਦੱਸੋਗੇ ਸਾਨੂੰ ਇਹ ਕਿਸ ਤਰ੍ਹਾਂ ਤਿਆਰ ਹੁੰਦਾ ਕੋਲਾ, ਕਿਸ ਤਰ੍ਹਾਂ ਸੇਲ ਕਰਦੇ ਗਾ? ਹਾਂਜੀ, ਲੱਕੜ ਕਿਹੜੀ ਕਿਹੜੀ ਵਿੱਚ ਲਾਉਂਦੇ ਤੁਸੀਂ? ਕਿੱਕਰ ਟਾਲੀ ਚੱਲਦੀ ਹੈ, ਮਸਲਾ ਇਹਨਾਂ ਦਾ ਕੋਲਾ ਠੀਕ ਹੁੰਦਾ ਵਾ। ਅੱਛਾ, ਅਤੇ ਕਿਹੜੇ ਕਿਹੜੇ ਕੰਮ ਦੇ ਵਿੱਚ ਆਉਂਦਾ ਜੀ ਕੋਲਾ? ਸ਼ਹਿਰ ਚ ਵਪਾਰੀ ਆਉਂਦੇ ਆ, ਇਕੱਠਾ ਸੌਦਾ ਕਰ ਲੈਂਦੇ ਜੀ ਤੁਹਾਡੇ ਨਾਲ? ਅੱਛਾ ਅੱਛਾ, ਉਹ ਫਿਰ ਗਾਂ ਆਪਣਾ ਜਿੱਦਾਂ ਦਾ ਸੇਲ ਕਰਦੇ ਹੋਣਗੇ ਸੁਨਿਆਰਿਆਂ ਨੂੰ ਅੱਗੇ ਪਿੱਛੇ ਜਿਸ ਤਰ੍ਹਾਂ ਵੀ, ਅਤੇ ਉਹ ਰੇਟ ਲੱਗਿਆ ਕਿ ਰੇਟ ਬਣਾਉਣਾ ਪੈਂਦਾ ਵਾ? ਰੇਟ ਕਰਕੇ ਜਾਂਦਾ ਸੌਦਾ ਪਹਿਲੇ। ਅੱਛਾ, ਇੱਕ ਭੱਠੀ ਦਾ, ਅਤੇ ਇਹ ਭੱਠੀਆਂ ਜੇ ਤਿਆਰ ਹੋ ਰਿਹਾ ਜੀ, ਇਹ ਕਿੰਨੇ ਦਿਨ ਲਾਉਂਦਾ ਅਤੇ ਤਿਆਰ ਹੁੰਦਾ ਜੀ ਇੱਕ ਭੱਠੀ 'ਚ? 11-12 ਦਿਨ ਤਿਆਰ ਹੁੰਦਾ, ਕਾਫੀ ਮਿਹਨਤ ਹੁੰਦੀ ਆ ਵਿੱਚ ਚੁਣਨ ਦੀ ਵੀ। ਅਤੇ ਅੱਗ ਜਿਹੜੀ ਇਹਨੂੰ ਕਿਸ ਤਰ੍ਹਾਂ ਦਿੰਦੇ ਵਿੱਚ ਇਹਦੇ? ਇਹ ਅੱਛਾ ਖੁਸ਼ਕ ਲੱਕੜ, ਤੇ ਜਿਹੜੀ ਵਿੱਚ ਕੋਲੇ ਵਾਲੀ ਉਹ ਆਪਣੀ ਗਿੱਲੀ ਹੁੰਦੀ ਆ? ਅੱਗ ਕੋਈ ਤੇਲ ਵਗੈਰਾ ਲਾਉਂਦੇ ਪਹਿਲੇ ਤੁਸੀਂ? ਕੁਛ ਨੀ, ਇਸ ਤਰ੍ਹਾਂ ਸ਼ੁਰੂ ਹੋ ਜਾਏ। ਇਹ ਦੇਖੋ ਜੀ ਮਾਸ਼ਾਅੱਲਾ, ਇਹ ਕਿੰਨੇ ਦਿਨ ਹੋ ਗਏ ਅੱਗ ਦਿੱਤੀ ਨੂੰ? 3-4 ਦਿਨ। ਇਹ ਦੇਖੋ ਜੀ, ਇਹ ਭੱਠੀ ਵਿੱਚ ਅੱਗ ਦਿੱਤੀ ਹੋਈ ਆ, ਇੱਥੇ ਕੋਲਾ ਤਿਆਰ ਹੋ ਰਿਹਾ। ਬਸ ਜੀ, ਮਾਲਕ ਨੇ ਜ਼ੇਹਨ ਦਿੱਤੇ ਹੋਏ ਆ, 3-4 ਦਿਨ ਮੁੜ ਕੇ ਠਹਿਰਨ ਲੱਗ ਜਾਂਦੇ ਆ। ਇੱਥੋਂ ਕੋਲਾ ਕੱਢ ਲਿਆ ਹੋਇਆ ਵਾ, ਗਰਮ ਆਉਂਦਾ ਵੈਸੇ ਹਲੇ ਵੀ। ਇਹਦੇ ਵਿੱਚ ਜੀ ਲਾਤੀਆਂ ਹੋਈਆਂ ਲੱਕੜਾਂ, ਦੇਖੋ ਬਹੁਤ ਵੱਡੀਆਂ ਵੱਡੀਆਂ ਲੱਕੜਾਂ ਲੱਗੀਆਂ ਹੋਈਆਂ। ਇਹਨੂੰ ਵੀ ਅੱਗ ਦੇਣਗੇ, ਇਹ ਉੱਪਰ ਬਰੀਕ ਆ, ਉੱਪਰ ਉਹਦੀ ਅੱਗ ਲਾਉਂਦੇ ਆ, ਇਹ ਬਰੀਕ ਉੱਪਰ ਲਾਉਂਦੇ ਆ। ਚਾਰ ਭੱਠੀਆਂ, ਮਾਸ਼ਾਅੱਲਾ ਖੁੱਲ੍ਹਾ ਨਿਜ਼ਾਮ ਇਹਨਾਂ ਦਾ। ਐਡੇ ਮੋਰੇ ਰੱਖੇ ਜੀ, ਲਾਜ਼ਮੀ ਰੱਖਣੇ ਪੈਂਦੇ ਵਿੱਚ, ਇਹ ਕਿ ਬੰਦ ਕਰ ਦਿੰਦੇ ਬਾਅਦ 'ਚ? ਬੰਦ ਕਰ ਦਿੰਦੇ। ਅੱਛਾ, ਇਹ ਕਿੰਨੀਆਂ? ਇਹ 4 ਆ ਜੀ ਇਹ। ਮਸਲਾ ਵੱਡਾ ਆਰਡਰ ਵੀ ਆ ਜਾਂਦਾ ਤੁਹਾਡੇ ਕੋਲ? ਨਹੀਂ, ਬਸ ਛੋਟਾ ਆਰਡਰ ਹੀ ਨਹੀਂ ਪੂਰੇ ਹੁੰਦੇ ਜੀ, ਵੱਡਾ। ਅੱਛਾ, ਛੋਟੇ ਨਹੀਂ ਪੂਰੇ ਹੁੰਦੇ। ਅੱਛਾ ਠੀਕ, ਇਹ ਲੱਕੜੀ ਕੋਈ ਖਰੀਦ ਲੈਂਦੇ ਤੁਸੀਂ ਸਾਰੀ? ਨਹੀਂ ਜੀ, ਨਾਲ ਦੇ ਨਾਲ ਲੱਕੜ ਖਰੀਦੀ ਰੱਖੀ ਜੀ। ਅੱਛਾ ਅੱਛਾ, ਇਹ ਜਿਹੜੀ ਤੁਸੀਂ ਖਰੀਦੀ ਹੋਈ ਕਿ ਵੈਸੇ ਇਹ ਹਲੇ ਵਪਾਰੀ ਕਿਸੇ ਦੀ ਪਈ ਹੈ ਜਿਹੜੀ ਲੱਕੜ? ਅੱਛਾ ਅੱਛਾ, ਅੱਗੇ ਭੱਠੀਆਂ ਹੈਗੀਆਂ? ਠੀਕ 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 ਹੈ। ਕੀ ਨਾਮ ਕੀ ਜੀ ਤੁਹਾਡਾ? ਬਸ ਮਾਸ਼ਾਅੱਲਾ, ਕਿੰਨੇ ਕੁ ਸਾਲ ਤੋਂ ਕੰਮ ਕਰਦੇ ਪਏ? ਇਹ ਆਪਣਾ ਹੀ ਹੈ ਜੀ ਨਿਜ਼ਾਮ ਬਣਾਇਆ ਸਾਰਾ? ਕਾਰੋਬਾਰ ਆਪਣਾ ਮਾਸ਼ਾਅੱਲਾ, ਮਿਹਨਤ ਨਾਲ ਆ ਜੀ, ਜਿਹੜਾ ਵੀ ਕੰਮ ਸੋਹਣਾ ਰੱਬ ਤਰੱਕੀ ਦੇਵੇ ਤੁਹਾਨੂੰ ਹੋਰ ਮਾਲਕ। ਠੀਕ ਆ ਜੀ, ਅੱਲਾ ਹਾਫਿਜ਼, ਮਿਹਰਬਾਨੀ ਜੀ।
ਮੇਰਾ ਨਾਂ ਜੀ ਸੈਯਦ ਅਜਾਜ ਹੁਸੈਨ ਸੈਯਦ ਅਜਾਜ ਹੁਸੈਨ ਹਾਂਜੀ 54 ਠੀਕ ਹੈ ਜੀ ਮਾਸ਼ਾਅੱਲਾ ਲੱਕੜ ਪਈ ਹੋਈ ਸਾਰੀ ਇਹ ਕਿਸੇ ਹੋਰ ਵਪਾਰੀ ਦੀ ਆ ਨਾਲ ਨਾਲ ਖਰੀਦੀ ਜਾਂਦੇ ਆ ਮਾਸ਼ਾਅੱਲਾ ਸੋਹਣਾ ਕੰਮ ਆ ਨਿਜ਼ਾਮ ਇਹਨਾਂ ਦਾ ਬਣਿਆ ਹੋਇਆ ਮਾਲਕ ਰਿਜ਼ਕ ਦਿੰਦਾ ਹਲਾਲ ਦਾ ਠੀਕ ਆ ਜੀ ਅੱਲਾ ਹਾਫਿਜ਼ ਰੱਬ ਰਾਖਾ ਅਗਲੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੁਹਾਡੇ ਕੋਲ